ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਵਿੱਚ 30 ਜਨਵਰੀ ਨੂੰ ਮੇਅਰ ਦੇ ਇਲੈਕਸ਼ਨ ਹੋਏ ਔਰ ਮੇਅਰ ਦੇ ਇਲੈਕਸ਼ਨ ਦੇ ਦੌਰਾਨ ਪੀਟਰਸਨ ਅਧਿਕਾਰੀ ਅਨਿਲ ਮੱਸੀ ਦੁਆਰਾ 8 ਵੋਟਾਂ ਦੇ ਉੱਤੇ ਖੁਦ ਹੀ ਨਿਸ਼ਾਨ ਲਗਾ ਕੇ ਇਨਵੈਲਿਡ ਡਿਕਲੇਅਰ ਕਰ ਦਿੱਤਾ। ਇਸ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਨੇ ਕਹਿ ਦਿੱਤਾ ਵੀ ਹੁਣ ਵੋਟਾਂ ਦੀ ਗਿਣਤੀ ਦੁਬਾਰਾ ਹੋਏਗੀ ਔਰ ਜਿਹੜੀਆਂ 8 ਵੋਟਾਂ ਇਨਵੈਲਿਡ ਡਿਕਲੇਅਰ ਕੀਤੀਆਂ ਗਈਆਂ ਉਹਨੂੰ ਵਿੱਚ ਕਾਊਂਟਿੰਗ 'ਚ ਗਿਣਿਆ ਜਾਏਗਾ। ਇਹ ਇੱਕ ਵੱਡੀ ਗੱਲ ਹੈ ਜਿਸ ਦੇ ਨਾਲ ਪੂਰਾ ਹੀ ਮਤਲਬ ਕਿ ਕਾਰਪੋਰੇਸ਼ਨ ਇਲੈਕਸ਼ਨ ਦੇ ਦੌਰਾਨ ਜਿਹੜੇ ਪਰਿਣਾਮ ਸੀਗੇ ਪੂਰਾ ਪਰਿਣਾਮ ਜਿਹੜਾ ਉਹ ਚੇਂਜ ਹੋ ਜਾਏਗਾ। ਸਾਡੇ ਨਾਲ ਆਲੂਵਾਲੀਆ ਜੀ ਹੈ, ਆਲੂਵਾਲੀਆ ਜੀ, ਡਾਕਟਰ ਆਲੂਵਾਲੀਆ ਜੀ ਚੰਡੀਗੜ੍ਹ ਆਮ ਆਦਮੀ ਪਾਰਟੀ ਦੇ ਕੋ ਇੰਚਾਰਜ ਹੈ। ਸਰ ਇਸ ਮੁੱਦੇ 'ਤੇ ਪਹਿਲਾਂ ਤੁਹਾਡਾ ਰਿਐਕਸ਼ਨ ਕੀ ਹੈਗਾ? ਸਭ ਤੋਂ ਪਹਿਲੀ ਗੱਲ ਤਾਂ ਗੋਇਲ ਸਾਹਿਬ, ਇੱਕ ਗੱਲ ਕਲੀਅਰ ਹੁੰਦੀ ਹੈ ਕਿ ਦੇਸ਼ ਦੇ ਅੰਦਰ ਜਿਹੜੀ ਡੈਮੋਕ੍ਰੇਸੀ ਕੀਤੀ ਗਈ, ਡੈਮੋਕ੍ਰੇਸੀ ਦਾ ਮਰਡਰ ਕੀਤਾ ਗਿਆ ਔਰ ਸੁਪਰੀਮ ਕੋਰਟ ਨੇ ਵੀ ਕਿਹਾ ਮਰਡਰ ਆਫ ਡੈਮੋਕ੍ਰੇਸੀ, ਅੱਜ ਰਿਲੀਫ ਮਿਲੇ, ਅੱਜ ਆਰਾਮ ਮਿਲੇ, ਅੱਜ ਸੁਪਰੀਮ ਕੋਰਟ ਦੇ ਅੰਦਰ ਜਿਹੜਾ ਮਾਹੌਲ ਬਣਿਆ, ਜਿਹੜੀ ਗੱਲਬਾਤ ਹੋਈ, ਉਸ ਤੋਂ ਇੱਕ ਗੱਲ ਕਲੀਅਰ ਹੁੰਦੀ ਹੈ ਕਿ ਚੀਫ ਜਸਟਿਸ ਸਾਹਿਬ ਨੇ ਬੜੀ ਚੀਜ਼ਾਂ ਕਲੀਅਰਲੀਆਂ ਦੱਸੀਆਂ, ਦੇਖੀਆਂ ਅਤੇ ਕਲੀਅਰਲੀ ਲੋਕਾਂ ਨੂੰ ਵੀ ਪਤਾ ਲੱਗਿਆ। ਨਹੀਂ ਤਾਂ ਲੋਕਾਂ ਨੂੰ ਉੱਦਾਂ ਹੀ ਪੋਲੀਟੀਕਲ ਪਾਰਟੀਜ਼ ਉਹੀ ਰੌਲਾ ਪਾਉਂਦੀਆਂ, ਭਾਰਤੀ ਜਨਤਾ ਪਾਰਟੀ ਦਾ ਤਾਂ ਨੋਰਮਲ ਜਿਹਾ ਕੰਮ ਹੈ, ਇਹ ਕਹਿੰਦੇ ਨਹੀਂ ਜੀ ਪੋਲੀਟੀਕਲ ਪਾਰਟੀ ਬੋਲਦੀ ਹੈ। ਲੇਕਿਨ ਅੱਜ ਸਟੈਂਪ ਲੱਗੀ ਹੈ ਜੀ ਸੁਪਰੀਮ ਕੋਰਟ, ਰੀਕਾਊਂਟਿੰਗ ਹੋਏਗੀ। ਉਹਨਾਂ ਨੇ ਕਿਹਾ 8 ਵੋਟਾਂ ਇਨਵੈਲਿਡ ਨਹੀਂ ਨੇ, ਰੀਕਾਊਂਟਿੰਗ ਹੋਏਗੀ, ਸਾਰੀ ਦੁਨੀਆ ਦੇ ਅੱਗੇ ਰੀਕਾਊਂਟਿੰਗ ਹੋਏਗੀ ਔਰ ਸਾਨੂੰ ਪੂਰੀ ਉਮੀਦ ਹੈ ਕਿ ਸੁਪਰੀਮ ਕੋਰਟ 'ਚੋਂ ਕਲੀਅਰ ਹੋ ਕੇ ਸਾਡਾ ਮੇਅਰ ਚੰਡੀਗੜ੍ਹ ਦੇ ਅੰਦਰ ਬਣੇਗਾ। ਸਰ ਜਦੋਂ ਰੀਕਾਊਂਟਿੰਗ ਹੁੰਦੀ ਹੈ ਜਿੱਦਾਂ ਤੁਸੀਂ ਕਿਹਾ, ਤਾਂ ਤੁਹਾਨੂੰ ਕੀ ਲੱਗਦਾ ਵੀ ਰਿਜ਼ਲਟ ਕੀ ਚੇਂਜ ਹੋਏਗਾ? ਰਿਜ਼ਲਟ ਤਾਂ ਬੜਾ ਕਲੀਅਰ ਸੀਗਾ ਜੀ, 30 ਤਰੀਕ ਤੋਂ ਅਸੀਂ ਕਹਿ ਰਹੇ ਹਾਂ ਕਿ 20 ਜਿਹੜੀਆਂ ਵੋਟਾਂ ਨੇ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਂਝੇ ਕੈਂਡੀਡੇਟ ਨੂੰ ਪਈਆਂ, ਉਹ ਸਾਰਿਆਂ ਨੇ ਅੱਗੇ ਕਲੀਅਰਲੀ ਦੇਖੀਆਂ। 20 ਵੋਟਾਂ ਜਿਹੜੀਆਂ ਸਾਨੂੰ ਪਈਆਂ ਜੇ ਸੁਪਰੀਮ ਕੋਰਟ 'ਚ ਵੀ ਉਹੀ ਬੈਲਟ ਪੇਪਰ ਨੇ, ਉਹ ਸਾਰੀ ਚੀਜ਼ਾਂ ਕਲੀਅਰ ਹੁੰਦੀਆਂ ਅਤੇ 20 ਸਾਡੀਆਂ ਨੇ, 16 ਉਹਨਾਂ ਦੀਆਂ, ਅਤੇ ਕਲੀਅਰ ਹੈ ਕਿ ਮੇਅਰ ਜਿਹੜਾ ਉਹ ਕੁਲਦੀਪ ਕੁਮਾਰ ਬਣੇਗਾ। ਸਰ ਤੁਹਾਨੂੰ ਇਹ ਕਿੱਦਾਂ ਕਲੀਅਰ ਹੈ ਵੀ 8 ਵੋਟਾਂ ਜਿਹੜੀਆਂ ਇਨਵੈਲਿਡ ਹੋਈਆਂ ਉਹ ਸਿਰਫ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਹੀ ਆ, ਉਸ 'ਚ ਬੀਜੇਪੀ ਦੀ ਇੱਕ ਵੀ ਵੋਟ ਇਨਵੈਲਿਡ ਨਹੀਂ ਹੋਈ? ਦੇਖੋ ਇਹ ਗੱਲ ਤਾਂ ਜਦ ਕੈਮਰਾ ਨੰਬਰ 7 ਦੀ ਫੁਟੇਜ ਅੱਗੇ ਆਈ ਸੀ ਨਾ, ਉਸੇ ਦਿਨ ਪਤਾ ਲੱਗਿਆ ਸੀ ਕਿ 20 ਜਿਹੜੀਆਂ ਸਾਨੂੰ ਪਈਆਂ ਅਤੇ ਬਾਕੀ ਉਹਨਾਂ ਨੂੰ ਪਈਆਂ। ਹੁਣ ਜਿਹੜੀਆਂ 'ਤੇ ਟਿਕਸ ਲੱਗੇ ਉਹ ਵੀ ਜਦ ਸਟੈਂਪ ਉੱਪਰ ਲੱਗੀ ਹੁੰਦੀ ਸੀ, ਸੁਪਰੀਮ ਕੋਰਟ ਦੇ ਚੀਫ ਜਸਟਿਸ ਸਾਹਿਬ ਨੇ 5 ਤਰੀਕ ਨੂੰ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਸਟੈਂਪ ਉੱਪਰ ਹੁੰਦੀ ਸੀਗੀ ਉਸ 'ਤੇ ਉਹ ਟਿਕ ਮਾਰ ਦਿੰਦਾ ਸੀ, ਜਿਹੜੀ ਸਟੈਂਪ ਥੱਲੇ ਹੁੰਦੀ ਸੀ ਉਹਨੂੰ ਸਾਈਨ ਕਰਕੇ ਸਾਈਡ 'ਤੇ ਰੱਖ ਦਿੰਦਾ, ਕਿਉਂਕਿ ਸਾਈਨ ਲੈਫਟ ਸਾਈਡ 'ਤੇ ਕਰਦਾ ਸੀ, ਟਿਕ ਰਾਈਟ ਸਾਈਡ 'ਤੇ ਲਾਉਂਦਾ ਸੀ। ਉਹੀ ਚੀਜ਼ਾਂ ਪਹਿਲੇ ਦਿਨ ਤੋਂ ਚੱਲ ਰਹੀਆਂ ਨੇ ਔਰ ਅੱਜ ਵੀ ਆਨਰੇਬਲ ਸੁਪਰੀਮ ਕੋਰਟ ਨੇ ਗੱਲ ਨੂੰ ਕਲੀਅਰਲੀ ਕਿਹਾ, ਮੈਂਸ਼ਨ ਕੀਤਾ ਔਰ ਸਭ ਦੇ ਅੱਗੇ ਰੱਖਿਆ ਵੀ ਜਾਏਗਾ। 5:45 ਦਾ ਮੇਰੇ ਹਿਸਾਬ ਨਾਲ ਟਾਈਮ ਹੈ, ਉੱਥੇ ਵੱਡੀਆਂ ਸਕਰੀਨਸ ਲਗਾ ਕੇ ਦਿਖਾਇਆ ਵੀ ਜਾਏਗਾ। ਅੱਛਾ ਸਰ, ਇਹ ਤਾਂ ਕਲੀਅਰ ਹੋ ਗਿਆ ਵੀ ਮੇਅਰ ਦੇ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਆ ਉਹ ਚੇਂਜ ਹੋਣਗੇ ਔਰ ਪਰ ਇਸ ਦੇ ਨਾਲ ਨਾਲ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਵੀ ਇਲੈਕਸ਼ਨ ਹੋਏ ਸੀਗੇ, ਉਹ ਉਸ 'ਚ ਬੀਜੇਪੀ ਦੇ ਕੈਂਡੀਡੇਟ ਜਿੱਤੂ ਡਿਕਲੇਅਰ ਕੀਤੇ ਗਏ ਸੀਗੇ, ਤੁਸੀਂ ਉਹਨਾਂ ਦੇ ਅਗੇਂਸਟ ਹਾਈਕੋਰਟ ਗਏ ਵੀ ਹੋਏ ਹੋ, ਤੁਹਾਨੂੰ ਕੀ ਲੱਗਦਾ ਹੁਣ ਕਿ ਉਸ ਮਾਮਲੇ 'ਚ ਕੀ ਹੋਏਗਾ? ਜਿਸ ਬੰਦੇ ਥੱਲੇ ਇਹ ਇਲੈਕਸ਼ਨ ਹੋਏ ਸੀਗੇ ਉਹ ਮੇਅਰ ਸੀਗਾ, ਜਿਹੜਾ ਕਿ ਗਲਤ ਤਰੀਕੇ ਨਾਲ ਬਣਾਇਆ ਗਿਆ ਸੀ, ਅਤੇ ਇਹ ਆਲਰੇਡੀ ਇਹ ਦੋਨੋਂ ਜਿਹੜੇ ਨੇ, ਇਸ ਅਸੀਂ ਲੀਗਲ ਐਡਵਾਈਸ ਲਾਂਗੇ ਪਰ ਦੋਨੋਂ ਜਿਹੜੇ ਨੇ ਇਹ ਇਨਵੈਲਿਡ ਹੀ ਹੋਣਗੇ। ਲੀਗਲ ਐਡਵਾਈਸ ਲਿੱਤੀ ਜਾਏਗੀ ਜਿਵੇਂ ਹਾਈਕੋਰਟ ਡਿਸਾਈਡ ਕਰੇਗਾ ਉਸ ਹਿਸਾਬ ਨਾਲ। ਅੱਛਾ, ਮੇਰਾ ਇਸ 'ਚ ਇਸ ਮਾਮਲੇ 'ਚ ਹਾਲੇ ਤੱਕ, ਕਿਉਂਕਿ ਇਹ ਬਹੁਤ ਵੱਡੀ ਸਾਜ਼ਿਸ਼ ਸੀਗੀ ਜਿਹੜੀ ਕੈਮਰੇ 'ਚ ਕੈਦ ਹੋ ਗਈ ਔਰ ਜਿਸ ਦੀ ਸੁਣਵਾਈ ਹਾਈਕੋਰਟ ਅਤੇ ਸੁਪਰੀਮ ਕੋਰਟ 'ਚ ਹੋਈ, ਇੱਕ ਬਹੁਤ ਵੱਡੀ ਗੱਲ ਹੈਗੀ ਆ, ਅਤੇ ਕੀ ਲੱਗਦਾ ਦੋਸ਼ੀਆਂ ਨੂੰ ਕੋਈ ਸਜ਼ਾ ਵੀ ਮਿਲੇਗੀ ਔਰ ਤੁਹਾਡੇ ਹਿਸਾਬ ਨਾਲ ਕਿਹੜੇ ਕਿਹੜੇ ਦੋਸ਼ੀ ਆ ਜਿਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ? ਦੇਖੋ ਕੈਮਰਿਆਂ 'ਚ ਜਿੰਨਾ ਕੁ ਅਸੀਂ ਸਮਝ ਸਕਦੇ ਹਾਂ ਕਿ ਅਨਿਲ ਮਸੀਹ ਤਾਂ ਕੈਦ ਹੋ ਗਿਆ, ਉੱਥੇ ਜਿਹੜੇ ਐਕਸ ਮੇਅਰ ਸੀਗੇ ਅਨੂਪ ਗੁਪਤਾ ਜੀ, ਉਹ ਵੀ ਸਾਰਿਆਂ ਨੂੰ ਕਹਿ ਰਹੇ ਸੀ ਵੀ ਅੰਦਰ ਚਲੇ ਜਾਓ, ਉਸ ਤੋਂ ਬਾਅਦ ਕਹਿ ਰਹੇ ਸੀ ਬਾਹਰ ਆ ਜਾਓ। ਉਹ ਸਾਰੀਆਂ ਚੀਜ਼ਾਂ ਕਿਉਂਕਿ ਡਾਇਰੈਕਟ ਕੋਈ ਕਰ ਰਿਹਾ ਸੀ, ਪ੍ਰੋਡਿਊਸ ਕੋਈ ਕਰ ਰਿਹਾ ਸੀ। ਪਰਸੋਂ ਵੀ ਨਿਊਜ਼ਪੇਪਰ ਦੇ ਅੰਦਰ ਆਇਆ ਸੀਗਾ ਕਿ ਜਿਹੜਾ ਇਸ ਸਾਰੇ ਪਲਾਨ ਦਾ
ਜਿਹੜਾ ਮਾਸਟਰ ਮਾਈਂਡ ਸੀਗਾ ਅਰੁਣ ਸੂਦ ਜੀ ਬਾਰੇ ਲਿਖਿਆ ਗਿਆ ਸੀ ਕਿ ਅਰੁਣ ਸੂਦ ਜੀ ਮਾਸਟਰ ਮਾਈਂਡ ਸੀਗੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦਿਲਾਈ। JP ਨੱਡਾ ਜੀ ਨੇ ਕਮੈਂਟਸ ਕੀਤੇ ਅਗਲੇ ਦਿਨ, ਮਤਲਬ 31 ਤਰੀਕ ਦੀ ਨਿਊਜ਼ ਪੇਪਰ ਤੁਸੀਂ ਕੱਢ ਕੇ ਦੇਖ ਲਓ ਕਿ ਸਾਡੀ ਬਹੁਤ ਵੱਡੀ ਜਿੱਤ ਹੈ। ਜਿਹੜੇ ਖੱਟਰ ਸਾਹਿਬ ਨੇ ਇਹਨਾਂ ਵੀ ਕੀਤੇ, ਹੁਣ ਇਹ ਤਾਂ ਸ਼ੁਰੂ ਹੋਇਆ ਕੰਮ। ਅਸੀਂ ਤੁਹਾਨੂੰ ਕਈ ਵੀਡੀਓਜ਼ ਇਹੋ ਜਿਹੇ ਅੱਗੇ ਕਰਾਂਗੇ ਜਿਸ 'ਚ ਕਲੀਅਰਲੀ ਦਿਖਦਾ ਕਿ ਹਾਰਸ ਟ੍ਰੇਡਿੰਗ ਕੀ ਹੁੰਦਾ ਔਰ ਕਿਵੇਂ ਇਹਨਾਂ ਦੇ ਲੀਡਰਸ ਆ ਕੇ ਸਾਡੇ MCs ਨੂੰ ਖਰੀਦਦੇ ਆ, ਉਹ ਵੀ ਲੋਕਾਂ ਦੇ ਅੱਗੇ ਚਿੰਤਕ ਕਰ। ਅੱਛਾ, 3 ਕੌਂਸਲਰ ਜਿਹੜੇ ਆ ਤੁਹਾਡੇ ਆਮ ਆਦਮੀ ਪਾਰਟੀ ਨੂੰ ਛੱਡ ਕੇ BJP ਜੁਆਇਨ ਕਰ ਗਏ, ਹਾਲਾਂਕਿ ਉਹ ਵੀ BJP ਸੋਚ ਰਹੀ ਸੀਗੀ ਵੀ ਸ਼ਾਇਦ ਦੁਬਾਰਾ ਇਲੈਕਸ਼ਨ ਹੋਣਗੇ ਔਰ ਸਾਡੀ ਸੰਖਿਆ ਵੱਧ ਜਾਏਗੀ, ਅਸੀਂ ਜਿੱਤ ਜਾਏਗੀ, ਪਰ ਹਾਲਾਂਕਿ ਉਹ BJP ਦੀ ਸੋਚ ਜਿਹੜੀ ਆ ਉਹ ਨਾਕਾਮ ਸਾਬਿਤ ਹੋਈ ਆ। ਹੁਣ ਉਹਨਾਂ ਦੀ ਸਥਿਤੀ ਕੀ ਰਹੇਗੀ? ਨਹੀਂ, ਅਸੀਂ ਤਾਂ ਕਹਿੰਦੇ ਹਾਂ ਵੀ ਨੇਹਾ ਮੁਸਾਫਤ ਅਤੇ ਪੂਨਮ ਜਿਹੜੇ ਨੇ ਉਹ ਸਾਡੇ ਘਰ ਦੇ ਮੈਂਬਰ ਸੀਗੇ, ਉਹਨਾਂ ਨੂੰ ਗੁੰਮਰਾਹ ਕਰਕੇ, ਡਰਾ ਕੇ, ਧਮਕਾ ਕੇ, ਖਰੀਦ ਫੋਰਤ ਕਰਕੇ ਅਗਰ ਕੋਈ ਲੈ ਕੇ ਗਏ ਆ ਤਾਂ ਅਸੀਂ ਇਹ ਸਮਝਦੇ ਹਾਂ ਵੀ ਸਾਡੇ ਘਰ ਦੇ ਬੱਚੇ ਜੇ ਵਾਪਸ ਵੀ ਆਉਂਦੇ ਅਸੀਂ ਉਹਨਾਂ ਵੈਲਕਮ ਕਰਾਂਗੇ। ਇਹੋ ਜਿਹੀ ਕੋਈ ਗੱਲ ਨਹੀਂ, ਪਰ ਇਹੋ ਜਿਹੇ ਗਲਤ ਕੰਮ ਅਵੋਇਡ ਕਰਨੇ ਚਾਹੀਦੇ ਪੋਲੀਟੀਕਲ ਪਾਰਟੀਜ਼ ਨੂੰ ਪਰਟੀਕੁਲਰ, ਕਿਉਂਕਿ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਸੀਗਾ, ਉਹ ਬੰਦੇ ਪਰਟੀਕੁਲਰ ਨੇ ਜਿਤਾਇਆ ਸੀ, ਅਤੇ ਇਸੋ ਜਿਹੀ ਚੀਜ਼ਾਂ ਅਵੋਇਡ ਕਰਨੀਆਂ ਚਾਹੀਦੀਆਂ। ਪਰ 2024 ਦੇ ਇਲੈਕਸ਼ਨਾਂ 'ਚ ਇਸ ਰਿਜ਼ਲਟ ਦਾ ਬਹੁਤ ਵੱਡਾ ਫਰਕ ਦੇਖਣ ਨੂੰ ਮਿਲੇਗਾ। 2024 ਦੇ ਲੋਕ ਸਭਾ ਚੁਣਾਵ ਵਿੱਚ ਜਿਹੜੀਆਂ ਚੰਡੀਗੜ੍ਹ ਮਿਊਂਸੀਪਲ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਏ ਨੇ, ਮੇਅਰ ਦੇ ਜਿਹੜੇ ਇਲੈਕਸ਼ਨ ਹੋਏ ਨੇ, ਮਤਲਬ ਕਿ ਇਹ ਕਿਤੇ ਨਾ ਕਿਤੇ 2024 ਦੇ ਜਿਹੜੇ ਲੋਕ ਸਭਾ ਦੇ ਇਲੈਕਸ਼ਨ ਆ ਉਹਨਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ, ਕਿਉਂਕਿ ਇਹ ਪਹਿਲੀ ਵਾਰ ਹੋਇਆ ਦੇਸ਼ ਵਿੱਚ ਕਿ ਕਿਸੇ ਪਿੱਠਾਸੀਨ ਅਧਿਕਾਰੀ ਨੇ ਮਤਲਬ ਕਿ 8 ਵੋਟਾਂ ਆਪ ਹੀ ਨਿਸ਼ਾਨ ਲਗਾ ਕੇ ਇਨਵੈਲਿਡ ਡਿਕਲੇਅਰ ਕੀਤੀਆਂ ਹੋਣ, ਔਰ ਇਹ ਸਾਰੀ ਹਰਕਤ ਜਿਹੜੀ ਹੈ ਕੈਮਰੇ 'ਚ ਕੈਦ ਹੋ ਗਈ ਹੋਵੇ, ਔਰ ਇਸੀ ਕਰਕੇ ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਬੜਾ ਕੜਾ ਜਿਹੜਾ ਰੁੱਖ ਅਖਤਿਆਰ ਕੀਤਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਦੀਪਕ ਦੇ ਨਾਲ ਦੰਗ ਸੂਰਿਆ ਟਵੀਲੀ, ਚੰਡੀਗੜ੍ਹ ਤੋਂ।